ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਲਾਰਸ ਬਿਸ਼ਨੋਈ ਗੈਂਗ ਦੇ ਮਾਸਟਰਮਾਈਂਡ ਸਮਨਦੀਪ ਸਿੰਘ ਦੇ ਸਮੇਤ ਹੀ ਪੁਲਿਸ ਨੇ 3 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਉਹਨਾਂ ਕੋਲੋਂ ਪੁਲਿਸ ਨੇ ਯੂਪੀ ਤੋਂ ਲਿਆਂਦੇ ਗਏ 10 ਨਜਾਇਜ਼ ਹਥਿਆਰ ਬਰਾਮਦ ਕੀਤੇ। SSP ਬਠਿੰਡਾ ਅਜੇ ਮਲੂਜ਼ਾ ਨੇ ਦੱਸਿਆ ਕਿ ਪੁਲਿਸ ਅਨੁਸਾਰ ਬਠਿੰਡਾ ਦੇ ਫੋਕਲ ਪੁਆਇੰਟ ਤੇ ਇਹ ਸਾਰੇ ਦੋਸ਼ੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਵੀ ਖੁਲਾਸੇ ਹੋ ਸਕਣ ਤੇ ਵੱਡੀ ਵਾਰਦਾਤ ਨੂੰ ਨਾਕਾਮ ਕੀਤਾ ਜਾ ਸਕੇ। ਇਹ ਬਠਿੰਡਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ। ਸਾਡੇ ਇੰਸਪੈਕਟਰ CIA ਮਿਸਟਰ ਤਰਜਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਕੁਝ ਵਿਅਕਤੀ ਫੋਕਲ ਪੁਆਇੰਟ ਏਰੀਏ ਦੇ ਵਿੱਚ ਉੱਥੇ ਬੈਠੇ ਹੋਏ ਹੈ ਅਤੇ ਉਹ ਕਿਸੇ ਵਾਰਦਾਤ ਕਰਨ ਦੀ ਤਾਕਤ 'ਚ ਹੈ ਅਤੇ ਉਹਨਾਂ ਕੋਲ ਵੱਡੀ ਤਾਦਾਦ ਦੇ ਵਿੱਚ ਅਸਲਾ ਵੀ ਹੈ ਅਤੇ ਉਹ ਅਸੀਂ ਇਹਨਾਂ ਨੇ ਰੇਡ ਕਰਕੇ ਉਹ ਬੰਦੇ ਫੜੇ ਆ ਉੱਧਰ ਨਾਕਾ ਲਗਾ ਕੇ ਅਤੇ ਜਦੋਂ ਬੰਦੇ ਅਸੀਂ 4 ਤਾਂ ਅਰੈਸਟ ਕਰ ਲਿਆ ਅਤੇ ਇੱਕ ਦੋਸ਼ੀ ਉੱਥੋਂ ਭੱਜਣ 'ਚ ਕਾਮਯਾਬ ਹੋ ਗਿਆ। ਉਹਨਾਂ ਕੋਲੋਂ ਹੁਣ ਤੱਕ ਕੁੱਲ ਪਹਿਲਾਂ ਤਾਂ 4 ਵੈਪਨ ਫੜੇ ਸੀ, 6 ਫਿਰ ਜਿਹੜਾ ਇੱਕ ਮੇਨ ਦੋਸ਼ੀ ਹੈ ਇਹਦਾ ਨਾਮ ਹੈ ਸਮਨਦੀਪ ਸਿੰਘ, ਉਹਦੇ ਕੋਲੋਂ 6 ਵੈਪਨ ਉਹਦੇ ਘਰੋਂ ਵੀ ਬਰਾਮਦ ਕੀਤੇ ਹੈ। ਇਹ ਜਿਹੜੇ ਵੈਪਨ, ਇਹ ਜਿਹੜੇ ਗੈਂਗ ਹੈ, ਇਹ ਸਾਰੇ ਵੈਪਨ UP ਤੋਂ ਲੈ ਕੇ ਆਉਂਦੇ ਸੀ ਅਤੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਹਾਂ ਅਤੇ ਇਹਨਾਂ ਤੋਂ ਹੋਰ ਵੀ ਬੜੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਕਈ ਇਹਨਾਂ ਨੇ ਵਾਰਦਾਤਾਂ ਵੀ ਕੀਤੀਆਂ, ਕਈ ਇਹਨਾਂ ਨੇ ਹੋਰ ਵੈਪਨ ਵੀ ਬੜੇ ਵੱਡੀ ਤਾਦਾਦ ਦੇ ਵਿੱਚ ਸਪਲਾਈ ਕੀਤੇ ਹੈ। ਜਿਹੜਾ ਸਮਨਦੀਪ ਮੇਨ ਬੰਦਾ ਹੈ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਰੱਖਦਾ ਅਤੇ ਅੱਜ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰਾਂਗੇ ਅਤੇ ਜੋ ਵੀ ਸਾਡੇ ਮਤਲਬ ਸਾਹਮਣੇ ਆਉਂਦਾ ਪੁੱਛਗਿੱਛ ਉਹ ਤੁਹਾਨੂੰ ਸਾਰਿਆਂ ਨੂੰ ਦੱਸਾਂ। ਪਹਿਲਾਂ ਵੀ ਕੋਈ ਮਾਮਲੇ ਦੱਸਦੇ ਜੀ ਇਹਨਾਂ? ਹਾਂ, ਇਹਨਾਂ 'ਤੇ ਸਮਨਦੀਪ 'ਤੇ ਪਹਿਲਾਂ ਵੀ ਇੱਕ ਮੁਕੱਦਮਾ ਆਮ ਜੈਕਟ ਦਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਦਰਜ ਹੈ ਅਤੇ 2 ਪੰਕਜ ਕੁਮਾਰ ਅਤੇ ਪਵਨ ਕੁਮਾਰ ਇਹਨਾਂ 'ਤੇ ਵੀ ਕੁਝ ਮੁਕੱਦਮੇ ਦਰਜ ਹੈ। BM ਗੁਰੂ ਜੀ ਵਸ਼ੀਕਰਨ ਸਪੈਸ਼ਲਿਸਟ, 21 ਸਾਲ ਦੀ ਤਪੱਸਿਆ ਦੇ ਨਾਲ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੋਵੇਗਾ ਸਮਾਧਾਨ ਸਿਰਫ ਔਰ ਸਿਰਫ 11 ਘੰਟੇ ਦੇ ਵਿੱਚ। ਬਿਜ਼ਨਸ ਦੇ ਵਿੱਚ ਹੋਵੇ ਰੁਕਾਵਟ, ਪਤੀ ਪਤਨੀ ਦੇ ਵਿੱਚ ਹੋਵੇ ਅਨਬਨ, ਲਵ ਮੈਰਿਜ ਦਾ ਹੋਵੇ ਮੈਟਰ ਤੇ ਭਾਵੇਂ ਮੈਟਰ ਹੋ ਗਰਲਫ੍ਰੈਂਡ ਦਾ, ਜ਼ਮੀਨੀ ਵਿਵਾਦ, ਵਿਦੇਸ਼ੀ ਯਾਤਰਾ ਦੇ ਵਿੱਚ ਹੋਵੇ ਰੁਕਾਵਟ, ਹਰ ਇੱਕ ਮੁਸ਼ਕਿਲ ਦਾ ਹੋਵੇਗਾ ਸਮਾਧਾਨ ਸਿਰਫ ਔਰ ਸਿਰਫ 11 ਘੰਟੇ ਦੇ ਵਿੱਚ। ਸੰਪਰਕ ਕਰੋ 6377767679। BM ਗੁਰੂ ਜੀ ਵਸ਼ੀਕਰਨ ਸਪੈਸ਼ਲਿਸਟ, ਹਰ ਇੱਕ ਮੁਸ਼ਕਿਲ ਦਾ ਸਮਾਧਾਨ ਸਿਰਫ 11 ਘੰਟੇ ਦੇ ਵਿੱਚ।